भैया नाम क्या आपका? राज। ये क्या बात है, थाने आई आज? थाने आया, मेरी वाइफ किसी नाल फड़ जा गई बाथरूम से। मैं काम तो गया सी, गुआंढी मेरे जो है फोन किया, क्या तेरा वाइफ किसी नाल बैठा हुआ बाथरूम से। मैं क्या कुंडी ला दे, मैं आ रहा आया देखा दोनों अंदर बैठा सी। अच्छा, हाँ कि जगह का मामला है? ये कि जगदीशपुरा चार नंबर गली सत्संग घर दे सामने। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਾਜ ਹੈ। ਵਾਈਫ ਦਾ ਨਾਮ ਕੀ ਹੈ? ਸੁਮਨ। ਕੀ ਹੋਇਆ ਇਹ ਹੈ ਕਿ ਜਦੋਂ ਮੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਮੁੰਡੇ ਨਾਲ ਗੱਲ ਕਰਦਾ, ਸਿੱਧੀ ਦੱਸਦੀ ਨਹੀਂ ਰਹਿਣਾ, ਤਲਾਕ ਲੈ ਕੇ ਆਪਣੇ ਘਰ ਨੂੰ ਜਾ, ਦੂਜੇ ਮੁੰਡੇ ਨਾਲ ਫੜਿਆ ਗਿਆ, ਮੈਂ ਇਹਦਾ ਨਾਂ ਰੱਖਣਾ ਰਹਿਣਾ ਨਾ ਰਹਿਣਾ। ਕਿੰਨੇ ਸਾਲ ਹੋ ਗਏ ਮੈਰਿਜ ਨੂੰ? 3 ਸਾਲ ਹੋ ਗਏ। ਅੱਛਾ, 3 ਸਾਲ ਆ ਜੀ। ਪਹਿਲਾਂ ਵੀ ਕਰੀ ਇੱਦਾਂ ਦਾ? ਪਹਿਲਾਂ ਵੀ ਕੀਤੀ ਸੀ 3-4 ਵਾਰੀ। ਇਹਦੇ ਵੱਡੇ ਭਰਾ ਨੂੰ ਪਤਾ ਹੈ ਸਾਰਾ ਕੁਝ। ਜਦੋਂ ਪਹਿਲਾਂ ਫੜਿਆ ਫਿਰ ਉਦੋਂ ਕੋਈ ਕਾਰਵਾਈ ਐਕਸ਼ਨ ਨਹੀਂ ਲਿਆ? ਐਕਸ਼ਨ ਉਦਾਂ ਨਹੀਂ ਲਿੱਤਾ ਸੀ। ਮੈਂ ਕਿਹਾ ਚਲੋ ਉਹਦੇ ਘਰ ਵਾਲੇ ਕਰੇ, ਇੱਕ ਮੌਕਾ ਦੇ ਦੇ। ਮੈਂ ਦੇ ਦਿੱਤਾ ਸੀ, ਹੁਣ ਤਾਂ ਰੰਗੇ ਹੱਥ ਫੜਿਆ ਗਿਆ। ਹੁਣ ਤਾਂ ਰੰਗੇ ਵਾਲੇ ਇੰਨੀ ਬੇਇੱਜ਼ਤੀ ਹੋਣ ਤੋਂ ਬਾਅਦ ਕਿਹੜਾ ਬੰਦਾ ਰੱਖੂਗਾ? ਮੈਂ ਰੱਖਣਾ ਹੈ ਨਹੀਂ ਆਪਣੇ ਘਰ ਨੂੰ, ਮੈਂ ਆਪਣੇ ਘਰ ਨੂੰ। ਅੱਛਾ, ਹਾਂਜੀ। ਅਤੇ ਜਦੋਂ ਇਹਨੂੰ ਫੜਿਆ ਵਾ ਤਾਂ ਕੌਣ ਕੌਣ ਸੀਗਾ ਉੱਥੇ? ਮਤਲਬ ਉੱਥੇ ਕਾਫੀ ਲੋਕ ਸੀ, 8-10 ਜਣੇ ਸੀ ਜਦੋਂ ਕੁੰਡੀ ਲਾਏ ਸੀ। ਅੱਛਾ, ਜਦੋਂ ਮੈਂ ਆ ਕੇ ਦੇਖਿਆ ਅੰਦਰ ਦੋਨੋਂ ਹੀ ਸੀ। ਕੀ ਪੂਰਾ ਮੈਟਰ ਸਮਝਾਓ, ਕਿੱਦਾਂ ਮਤਲਬ ਤੁਸੀਂ ਜਾਣੇ ਫੜਿਆ, ਤੁਹਾਨੂੂੰ ਕਿੱਦਾਂ ਇਤਲਾਹ ਮਿਲੀ ਹੈ? ਇਤਲਾਹ ਮਿਲਿਆ, ਮੇਰਾ ਮਾਮੇ ਅਤੇ ਮੁੰਡੇ ਨੇ ਫੋਨ ਕੀਤਾ ਸੀ, ਤੇਰੀ ਘਰਵਾਲੀ ਕਿਸੇ ਮੁੰਡੇ ਨਾਲ ਬਾਥਰੂਮ 'ਚ ਬੈਠਾ ਹੋਇਆ। ਅੱਛਾ, ਉਹਨੇ ਕੁੰਡੀ ਲਵਾ ਦਿੱਤੀ, ਮੈਂ ਕਿਹਾ ਕੁੰਡੀ ਲਾ ਦੇ, ਮੈਂ ਆ ਰਿਹਾ। ਆ ਕੇ ਦੇਖਿਆ ਦੋਨੋਂ ਅੰਦਰ ਬੈਠਾ ਸੀ, ਦੋਨੇ ਹੱਥ 'ਚ ਗੱਲ ਕਰਦਾ ਪਏ ਸੀ ਹੱਥ ਫੜ ਕੇ। ਮੈਂ ਕੁੰਡੀ ਖੜਕਾਇਆ, ਕਹਿੰਦਾ ਕੌਣ ਹੈ? ਮੈਂ ਕਹਿੰਦਾ ਮੈਂ ਗੇਟ ਖੋਲਿਆ ਨਾ, ਮੈਂ ਉੱਪਰ ਚੜ ਕੇ ਗਿਆ ਸੀ। ਮੈਂ ਕਿਹਾ ਕੌਣ ਹੈ? ਕਹਿੰਦਾ ਪੈਸੇ ਲੈਣੇ। ਪੈਸੇ ਲੈਣ ਕੋਈ ਬਾਥਰੂਮ ਹੀ ਜਾਣਾ ਹੋਇਆ? ਪੈਸੇ ਤਾਂ ਬਾਹਰ ਵੀ ਮਿਲ ਸਕਦਾ ਪਿਆ। ਕਹਿੰਦਾ ਮੈਂ ਪੈਸੇ ਲੈਣ ਆਇਆ ਸੀ। ਤੁਸੀਂ ਮੌਕੇ 'ਤੇ ਪੁਲਿਸ ਨੂੰ ਬੁਲਾਇਆ? ਹਾਂ, ਪੁਲਿਸ ਨੂੰ ਕਹਿਤਾ ਸੀ ਫੋਨ, ਕਹਿੰਦਾ ਮੈਂ ਥੋੜ੍ਹੀ ਦੇਰ ਤੱਕ ਆ ਰਿਹਾ ਜੀ। ਪੁਲਿਸ ਕਿੰਨੀ ਦੇਰ ਬਾਅਦ ਆਈ ਫਿਰ? ਆਏ ਆ 10-15 ਮਿੰਟ ਤੱਕ ਆਈ ਹੈ ਸੀ। ਅੱਛਾ, ਤਕਰੀਬਨ ਕਿੰਨੇ ਮਤਲਬ ਕਿੰਨਾ ਟਾਈਮ ਅੰਦਰ ਰਹੇ ਆ ਦੋਨੋਂ? ਘੱਟੋ ਘੱਟ 15-20 ਮਿੰਟ ਤੱਕ ਸੀ। ਅੱਧਾ ਘੰਟਾ ਜਦੋਂ ਮੈਂ ਆਇਆ, ਉਸ ਤੋਂ ਬਾਅਦ ਘੱਟੋ ਘੱਟ ਮੈਂ ਬੰਦ ਕੇ ਰੱਖਿਆ, 10 ਘੰਟਾ ਰੱਖਿਆ ਸੀ। ਜਦੋਂ ਘਰ ਵਾਲਾ ਉੱਧਰ ਆਇਆ, ਆ ਕੇ ਫਿਰ ਪੁਲਿਸ ਵਾਲਾ ਆਇਆ, ਫਿਰ ਉਹਦੇ ਸਾਹਮਣੇ ਖੋਲ੍ਹਿਆ ਗਿਆ ਤਾਲਾ। ਅਤੇ ਜਿੱਥੇ ਸਾਰੇ ਫੜੇ ਗਏ ਆ ਉੱਥੇ ਕੌਣ ਕੌਣ ਲੋਕ ਰਹਿੰਦੇ ਸੀ ਅੰਦਰ? ਉੱਥੇ ਸਾਰੇ ਰਹਿੰਦੇ ਆ। ਵਿਹੜਾ ਸੀਗਾ? ਹਾਂਜੀ, ਵਿਹੜੇ 'ਚ ਹੀ ਆ। ਅੱਛਾ, ਅਰਾਧਿਆ ਕੀ ਮਾਮਲਾ ਹੋਇਆ ਕਿ ਤੁਸੀਂ ਥਾਣੇ ਆਏ? ਸਰ, ਇਹਨਾਂ ਨੇ ਮੇਰੇ ਨਾਲ ਪਹਿਲਾਂ ਵੀ ਬਹੁਤ ਵਾਰੀ ਬਦਤਮੀਜ਼ੀ ਕੀਤੀ ਸੀਗੀ ਵਿਹੜੇ ਵਾਲੇ ਸਾਰਿਆਂ ਨੇ। ਮੈਂ ਇੰਚਾਰਜ ਸੀਗੀ ਵਿਹੜੇ ਦੀ, ਸਾਰੀ ਰੇਖ ਦੇਖ ਮੇਰੇ 'ਚ ਸੀਗੀ। ਇਹਨਾਂ ਨੇ ਤਾਂ ਖਾਰ ਖੜਦੀ, ਇਹ 2-3 ਵਾਰੀ ਇਹ ਵੀ ਬਾਥਰੂਮ 'ਚ ਮੁੰਡੇ ਫੜੇ ਗਏ ਸੀਗੇ। ਮੈਂ ਮਕਾਨ ਵਾਲੇ ਨੂੰ ਦੱਸਿਆ ਸੀਗਾ ਕਿ ਇੱਦਾਂ ਦੀ ਗੱਲ ਹੈਗੀ, ਜੇ ਇੱਥੇ ਆਹ ਕੰਮ ਹੋ ਰਿਹਾ ਨਾ ਤਾਂ ਕਮਰਾ ਖਾਲੀ ਕਰਾਓ। ਇਹਨਾਂ ਨੇ ਇਸ ਕਰਕੇ ਅੱਜ ਖਾਰ ਕੱਢੀ ਆ, ਤਾਂ ਉਹ ਮੁੰਡਾ ਬਾਥਰੂਮ 'ਚ ਮੂੰਹ ਧੋ ਰਿਹਾ ਸੀ। ਮੈਂ ਉੱਥੇ ਸਿਰਫ 2000 ਪੈਸੇ ਲੈਣ ਉਧਾਰ ਗਈ ਸੀਗੀ ਕਿ ਮੇਰੇ ਡੈਡੀ ਆਓਗੇ ਤਾਂ ਮੈਂ ਆਪੇ ਦੇ ਦਾਂਗੀ ਤੁਹਾਨੂੰ। ਮੈਨੂੰ ਮੇਰਾ ਘਰ ਵਾਲਾ ਕੋਈ ਖਰਚਾ ਨਹੀਂ ਦਿੰਦਾ, ਕੁਛ ਨਹੀਂ ਦਿੰਦਾ, ਉੱਪਰੋਂ ਪੁੱਟ ਦੇ ਅਲੱਗ ਸੀਗੇ। ਅਤੇ ਮੈਂ ਇਹਨਾਂ ਨੂੰ ਪੈਸੇ ਲੈਣਾ, ਇਹਨਾਂ ਨੇ ਧੱਕਾ ਮਾਰ ਕੇ ਬਾਥਰੂਮ ਦਾ ਗੇਟ ਬੰਦ ਕਰਕੇ ਅੰਦਰ ਵੜ ਕੇ ਕੁੱਟੀ ਜਾ ਰਹੇ ਸੀਗੇ, ਵੀਡੀਓ ਬਣਾਈ ਜਾ ਰਹੇ ਸੀਗੇ, ਫਿਰ ਤਾਲਾ ਮਾਰਤਾ। ਮੈਂ ਕਿਹਾ ਮੇਰੇ ਘਰ ਦੇ ਆ ਰਹੇ ਆ, ਜਿਹੜੀ ਗੱਲ ਕਰਨੀ ਆ ਮੇਰਾ ਘਰ ਵਾਲਾ ਕਰੇ ਅਤੇ ਮੇਰੇ ਘਰ ਦੇ ਕਰੇ। ਅਤੇ ਸਾਰੇ ਵਿਹੜੇ ਵਾਲੇ ਕਹਿੰਦੇ ਕਿ ਗੰਦੀਆਂ ਗੰਦੀਆਂ ਗਾਲਾਂ ਕੱਢ ਕੇ ਇੱਦਾਂ ਸੀਗੀ, ਤੂੰ ਤਾਂ ਉਹ ਸੀਗੀ। ਅਤੇ ਕਹਿੰਦੇ ਕਿ ਅੱਜ ਅਸੀਂ ਫੈਸਲਾ ਕਰਾਂਗੇ, ਦੇਖਦੇ ਹਾਂ ਤੇਰੇ ਘਰ ਦੇ ਕੀ ਕਰਦੇ, ਜੱਸੀਆਂ ਵਾਲੇ ਕੀ ਕਰ ਲੈਂਦੇ ਸਾਡੇ। ਘਰ ਵਾਲਾ ਨਹੀਂ, ਉੱਥੇ ਹੀ ਸੀਗਾ, ਉਹ ਵੀ ਉਹਨੂੰ ਆਵਾਜ਼ਾਂ ਮਾਰਦੀ ਰਹੀ। ਮੈਂ ਕਿਹਾ ਜੇ ਗੱਲ ਹੈਗੀ ਤੂੰ ਕਰ ਆ ਕੇ ਕਮਰੇ 'ਚ, ਚੱਲ ਅਸੀਂ ਸਾਰੇ ਕਮਰੇ 'ਚ ਬਹਿ ਕੇ ਗੱਲ ਕਰਦੇ, ਤੂੰ ਮੁੰਡਾ ਵੀ ਨਾਲ ਲੈ ਚੱਲ, ਜਿਹੜੀ ਗੱਲ ਹੋਗੀ ਸਾਰਾ ਸੱਚ ਦੱਸਦੇ ਹਾਂ। ਹਾਂਜੀ, ਹਾਂਜੀ, ਉਹ ਸਾਰੇ ਵਿਹੜੇ 'ਚ ਅਸੀਂ ਇਕੱਠੇ ਰਹਿੰਦੇ ਹੈਗੇ ਹਾਂ। ਸਰ ਮੈਂ ਇੱਦਾਂ ਉਹ ਬਾਥਰੂਮ 'ਚ ਇੱਦਾਂ ਕਰਕੇ ਮੂੰਹ ਧੋ ਰਹੇ ਸੀਗੇ, ਅਤੇ ਮੈਂ ਇੱਦਾਂ ਖੜ ਕੇ ਗਈ। ਮੈਂ ਕਿਹਾ ਤੁਸੀਂ ਉਹ ਪਿੰਡ ਚੱਲੇ ਸੀਗੇ, ਮੈਂ ਕਿਹਾ ਮੈਨੂੰ ਪੈਸੇ 2000 ਦੇ ਦਿਓ, ਮੈਂ ਤੁਹਾਨੂੰ ਆ ਕੇ ਦੇ ਦਾਂਗੀ, ਮੇਰੇ ਡੈਡੀ ਆਊਗੇ ਤਾਂ। ਅਤੇ ਇੱਦਾਂ ਹੀ ਸੀਗੇ, ਮੈਨੂੰ ਇੱਦਾਂ ਧੱਕਾ ਮਾਰ ਕੇ ਬੁੜੀ ਜੀ ਨੇ ਬੰਦ ਕਰਤਾ ਕੁੰਡਾ, ਕਹਿੰਦੀ ਅੱਜ ਤਾਂ ਤੂੰ ਤੈਨੂੰ ਦੱਸਾਂਗੇ ਅੱਜ ਰੰਗੇ ਹੱਥੋਂ। ਇਹਨੇ ਘਰ ਵਾਲਿਆਂ ਨੂੰ ਫੋਨ ਕਰਕੇ ਇਹਨਾਂ ਨੇ ਸੱਦਿਆ, ਸਾਰਿਆਂ ਨੇ ਬੁਲਾਇਆ ਉਹਨੂੰ, ਅਤੇ ਉਹ ਪਤਾ ਨਹੀਂ ਕਿੱਥੇ ਗਿਆ ਸੀਗਾ। ਕਾਰਨ ਕੀ ਹੈ ਤੁਹਾਡੇ ਨਾਲ?
subscribe to One India channel and never miss an update.